ਸਿੱਖ ਵਿਰਸੇ ਦੀਆਂ। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਗੂੰਜਾਂ ਸਿੱਖ ਵਿਰਸੇ ਦੀ ਤੁਹਾਡਾ ਸਵਾਗਤ ਹੈ। ਦੋਸਤੋ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜੂਨ 1984 ਵਿੱਚ ਸਾਕਾ ਨੀਲਾ ਤਾਰਾ ਦੇ ਰੂਪ ਵਿੱਚ ਵਾਪਰੇ ਸ਼ਹੀਦੀ ਸਾਕੇ ਦੀ ਯਾਦ ਵਿੱਚ ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਰਦਾਸ ਸਮਾਗਮ ਕਰਵਾਇਆ ਗਿਆ। ਆਓ ਇੱਕ ਨਜ਼ਰ ਮਾਰਦਿਆਂ 1984 ਮੌਕੇ ਵਾਪਰੇ ਸਾਕਾ ਨੀਲਾ ਤਾਰਾ ਦੀ ਘਟਨਾ ਤੇ। ਪੰਜਾਬ ਦੇ ਵਿੱਚ ਆਉਣ ਜਾਣ ਵਾਲੀਆਂ ਰੇਲ ਗੱਡੀਆਂ ਅਤੇ ਬੱਸ ਸੇਵਾਵਾਂ ਤੇ ਵੀ ਰੋਕ ਲਗਾ ਦਿੱਤੀ ਗਈ। ਫੋਨ ਕਨੈਕਸ਼ਨ ਦੀ ਸੇਵਾ ਵੀ ਠੱਪ ਕਰ ਦਿੱਤੀ ਗਈ। ਵਿਦੇਸ਼ੀ ਮੀਡੀਆ ਨੂੰ ਪੰਜਾਬ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਸੈਨਾ ਅਤੇ ਸਿੱਖ ਲੜਾਕਿਆਂ ਵਿਚਾਲੇ ਅਸਲੀ ਲੜਾਈ 5 ਜੂਨ ਦੀ ਰਾਤ ਨੂੰ ਸ਼ੁਰੂ ਹੋ ਗਈ। 3 ਜੂਨ ਤੱਕ ਭਾਰਤੀ ਸੈਨਾ ਅੰਮ੍ਰਿਤਸਰ ਦੇ ਵਿੱਚ ਦਾਖਲ ਹੋ ਗਈ। ਗੋਲਡਨ ਟੈਂਪਲ ਦੇ ਕੰਪਾਊਂਡ ਨੂੰ ਘੇਰਾ ਪਾ ਲਿਆ ਗਿਆ। ਸ਼ਾਮ ਨੂੰ ਕਰਫਿਊ ਲਗਾ ਦਿੱਤਾ ਗਿਆ ਅਤੇ 4 ਜੂਨ ਨੂੰ ਸੈਨਾ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਬੀਚ ਮੇ ਜੋ ਕੁਝ ਆਦਮੀ ਜ਼ਖਮੀ ਵੀ ਥੇ, ਵੈਸੇ ਬੜੇ ਜਗ੍ਹਾ ਪਾਣੀ ਮੰਗਤਾ ਤੋਂ ਪਾਣੀ ਨਹੀਂ ਦੇ ਰਹੇ ਥੇ। ਬਾਹਰ ਸੇ ਉਹਨਾਂ ਨੇ ਲਗਾ ਦਿਆ ਗੁੰਡਾ, ਜਬ ਆਦਮੀ ਮਰਨ ਲੱਗੇ ਤੋ ਉਹਨਾਂ ਨੇ ਤੋੜਾ ਦਰਵਾਜ਼ਾ, ਤੋੜ ਕਰ ਉਹ ਸਾਹਮਣੇ ਸੀ ਟੂਟੀ ਥੇ, ਟੂਟੀ ਲੱਗੀ ਹੋਈ ਥੀ ਪਾਣੀ। ਵਾਹ ਅਗਰ ਬਾਗ ਪਰ ਪਾਣੀ ਪੀਣੇ ਕੇ ਲੀ ਗਏ ਤੋ ਫੌਜ ਨੇ ਸਮਝਿਆ ਕਿ ਦੁਬਾਰਾ ਹਮਾਰੇ ਉੱਪਰ ਆਏ, ਉਹਨਾਂ ਨੇ ਫਾਇਰਿੰਗ ਕੀ ਔਰ ਵਹਾਂ ਪੇ 15-20 ਆਦਮੀ ਮਾਰੇ। ਵੱਡੇ ਪੱਧਰ ਤੇ ਖੂਨ ਖਰਾਬਾ ਹੋਇਆ, ਸਦੀਆਂ ਦੇ ਆਕਾਸ਼ ਤਖ਼ਤ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ। ਹਰਿਮੰਦਰ ਸਾਹਿਬ ਤੇ ਵੀ ਗੋਲੀਆਂ ਅਤੇ ਤੋਪਾਂ ਦੇ ਗੋਲੇ ਦਾਗੇ ਗਏ। ਕਈ ਸਦੀਆਂ ਬਾਅਦ ਅਜਿਹਾ ਹੋਇਆ ਜਦੋਂ ਪਹਿਲੀ ਵਾਰੀ ਹਰਿਮੰਦਰ ਸਾਹਿਬ ਦੇ ਵਿੱਚ 6, 7 ਅਤੇ 8 ਜੂਨ ਦੇ ਦਿਨ ਪਾਠ ਨਹੀਂ ਹੋ ਸਕਿਆ। ਹਮ ਡਰ ਗਏ ਥੇ ਕਿ ਜੇ ਪਤਾ ਨਹੀਂ ਕਿਆ ਹੋਣੇ ਵਾਲਾ ਹੈ, ਹਮਨੇ ਜਿਸਸੇ ਵੀ ਪੁੱਛਾ ਵੋ ਪਕੜ ਲੈਂਗੇ, ਆਪਕੋ ਕਿਸੀ ਨੇ ਮੁਲਾਜ਼ਮ ਕੋ ਕਿਆ ਕਹਿਣਾ, ਆਪ ਕਿਉਂ ਡਰਤੇ ਹੋ ਇੱਥੇ। ਅਤੇ ਜਹਾਂ ਪਰ ਹਮਾਰੀ ਜੋ ਸੀੜੀਆਂ ਥੀ ਨਾ ਪੌੜੀਆਂ, ਉਸ ਮੈਂ ਬਾਹਰ ਵੀ ਕਿਸੇ ਨੇ ਜਿੰਦਰਾ ਲਗਾ ਦੀਆ ਔਰ ਅੰਦਰ ਕੋਈ ਰਸਤਾ ਹਮਾਰਾ ਕਰਫਿਊ ਲੱਗ ਚੁੱਕਾ ਥਾ ਅਤੇ ਹਮ ਬਾਹਰ ਨਹੀਂ ਜਾ ਸਕਦੇ ਥੇ। ਇਤਨਾ ਨਹੀਂ ਮਾਲੂਮ ਥਾ ਵੀ ਫੌਜ ਅੰਦਰ ਆ ਜਾਏਗੀ ਜਾਂ ਟੈਂਕ ਆ ਜਾਏਗੇ, ਤੋਪੇ ਅੰਦਰ ਲਾਏਗੇ, ਬਖਤਰ ਬੰਦਗਾੜੀ ਆਏਗੀ, ਇਤਨੀ ਸੀ ਧਾਰਮਿਕ ਸਥਾਨ ਦਾ ਹਮਕੋ ਤਾਂ ਇਹ ਥਾ ਵੀ ਜੈਸੇ ਆਗੇ ਬਾਹਰ ਸੇ ਗੋਲੀਬਾਰੀ ਹੋਤੀ ਹੈ ਐਸੇ ਕਰਤੇ ਰਹੇਂਗੇ, ਇਹ ਤਾਂ ਮਾਲੂਮ ਹੀ ਨਹੀਂ ਥੀ ਕਿਸੇ ਕੋ, ਅਗਰ ਮਾਲੂਮ ਹੋਤਾ ਤਾਂ ਚਲੇ ਜਾ। ਬੜੀ ਹੀ ਇਤਿਹਾਸਿਕ ਅਤੇ ਮਹੱਤਵਪੂਰਨ ਸਿੱਖ ਲਾਇਬ੍ਰੇਰੀ ਨੂੰ ਵੀ ਸਾੜ ਦਿੱਤਾ ਗਿਆ ਜਾਂ ਫਿਰ ਕਿਤਾਬਾਂ ਹਮਲਾ ਕਰਨ ਵਾਲੀ ਫੌਜ ਚੁੱਕ ਕੇ ਆਪਣੀ ਨਾਲ ਲੈ ਗਈ। ਭਾਰਤ ਸਰਕਾਰ ਦੇ ਮੁਤਾਬਿਕ ਇਸ ਕਾਰਵਾਈ ਦੇ ਦੌਰਾਨ 83 ਸੈਨਿਕ ਮਾਰੇ ਗਏ ਸਨ ਅਤੇ ਕਰੀਬ 250 ਜ਼ਖਮੀ ਹੋ ਗਏ। 493 ਧਰਮੀ ਲੋਕ, ਜਿਨ੍ਹਾਂ ਵਿੱਚ ਸੰਤ ਭਿੰਡਰਾਂਵਾਲਾ, ਧਰਮੀ ਫੌਜੀ ਅਤੇ ਹੋਰ ਆਮ ਲੋਕ ਸ਼ਾਮਿਲ ਸਨ, ਉਹ ਵੀ ਸ਼ਹੀਦ ਹੋ ਗਏ। 86 ਲੋਕ ਜ਼ਖਮੀ ਹੋਏ। 1592 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਪਰ ਇਹਨਾਂ ਆਂਕੜਿਆਂ ਤੇ ਅਜੇ ਵੀ ਵਿਵਾਦ ਚੱਲ ਰਿਹਾ ਹੈ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਇਹ ਆਂਕੜੇ ਐਸ ਤੋਂ ਵੀ ਕਿਤੇ ਜ਼ਿਆਦਾ ਨੇ। ਇਹ ਦਾਸਤਾਨ ਹੈ, ਇਹ ਕਹਾਣੀ ਸਿੱਖ ਕੌਮ ਦੀ, ਉਸ ਸਰਵ ਉੱਚ ਸੰਸਥਾ ਦੀ, ਸ੍ਰੀ ਹਰਿਮੰਦਰ ਸਾਹਿਬ ਦੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ, ਜਿਸ ਨੂੰ ਇੱਕ ਜ਼ਿੱਦੀ ਪ੍ਰਧਾਨ ਮੰਤਰੀ ਦੇ ਕਾਰਨ ਨੇਸਤਾਨਾ ਬੂਤ ਕਰ ਦਿੱਤਾ ਗਿਆ, ਜਿਸ ਦੇ ਜ਼ਖਮ ਅਜੇ ਵੀ
ਅੱਲੇ ਨੇ। ਸਰਕਾਰੀ ਏਜੰਸੀਆਂ ਥੇ ਇਸਕੇ ਪਿੱਛੇ, ਜੋ ਇੰਡੀਆ ਕੀ ਗਵਰਨਮੈਂਟ ਥੀ ਨਾ, ਕਾਂਗਰਸ ਥੀ, ਇਸਕੇ ਸਭੀ ਕੇ ਲੀਏ ਤੋ ਵੈਸੇ ਕਾਂਗਰਸ ਰਿਸਪੋਂਸੀਬਲ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਜੀ ਨੇ ਅਰਦਾਸ ਕੀਤੀ ਅਤੇ ਪੰਥ ਪ੍ਰਸਿੱਧ ਰਾਗਿਆਂ ਨੇ ਕੀਰਤਨ ਦੁਆਰਾ ਸ਼ਰਧਾ ਦੇ ਫੁੱਲ ਭੇਟ ਕੀਤੇ। ਸਦਾ ਸਦਾ ਹਰ ਜਾਪ, ਸਦਾ ਸਦਾ ਹਰ ਜਾਪ, ਦੂਤ ਦੁਸ਼ਮਣ ਸਭ ਤੁਜ ਤੈ ਨਿਵਰੈ, ਪ੍ਰਗਟ ਪ੍ਰਤਾਪ ਤੁਮਾਰਾ, ਪ੍ਰਗਟ ਪ੍ਰਤਾਪ ਤੁਮਾਰਾ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਜਿੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਉੱਥੇ ਨਾਲ ਹੀ ਉਹਨਾਂ ਪੀੜਤ ਪਰਿਵਾਰਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜੂਨ 1984 'ਚ ਸਾਕਾ ਨੀਲਾ ਤਾਰਾ ਦੇ ਰੂਪ ਵਿੱਚ ਵਾਪਰੇ ਸ਼ਹੀਦੀ ਸਾਕੇ ਦੀ ਯਾਦ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਰਦਾਸ ਸਮਾਗਮ ਕਰਵਾਇਆ ਗਿਆ। ਸ਼ਹੀਦਾਂ ਦੀ ਨਿਮਿਤ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਬੰਗਲਾ ਸਾਹਿਬ ਦੇ ਮੁੱਖ ਦੀਵਾਨ ਹਾਲ 'ਚ ਸਜਾਏ ਗਏ ਸਮਾਗਮ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਪੀੜਤ ਪਰਿਵਾਰਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ। ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਹ ਸਮਾਜ ਵਿੱਚ ਵਿਚਰਨ ਦੇ ਕਾਬਿਲ ਨਹੀਂ ਰਹਿੰਦੀਆਂ, ਪਰ ਅਫਸੋਸ ਪੁਰਾਣੀ ਕਮੇਟੀ ਵੱਲੋਂ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਕਰਨ ਤੇ ਵੀ ਰੋਕ ਲਗਾਈ ਗਈ ਸੀ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ, ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਅਤੇ ਧਰਮ ਪ੍ਰਚਾਰ ਮੁਖੀ ਪਰਮਜੀਤ ਸਿੰਘ ਰਾਣਾ ਵੱਲੋਂ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਹਰਦੇਵ ਸਿੰਘ ਧਨੋਆ, ਹਰਜਿੰਦਰ ਸਿੰਘ ਅਤੇ ਜੀਤ ਸਿੰਘ ਖੋਖਰ ਮੌਜੂਦ ਸਨ। ਦਿੱਲੀ ਦੀਆਂ ਸੰਗਤਾਂ ਵੱਲੋਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਭਾਣਾ 1984 'ਚ ਦਰਬਾਰ ਸਾਹਿਬ ਵਰਤਿਆ ਸੀ ਸ਼ਹੀਦੀ ਪੁਰਬ ਵੇਲੇ, ਅੱਜ ਉਹਨਾਂ ਨੂੰ ਨਤਮਸਤਕ ਹੋ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ
ਅਖੰਡ ਪਾਠ ਸਾਹਿਬ ਰੱਖੇ ਗਏ ਸਨ ਜਿਨ੍ਹਾਂ ਦੇ ਭੋਗ ਪਏ ਨੇ ਅਤੇ ਇਹ ਇੱਕ ਸਮਾਗਮ ਉਹਨਾਂ ਨੂੰ ਯਾਦ ਕਰਨ ਵਾਸਤੇ ਰੱਖਿਆ ਗਿਆ। ਸਰਕਾਰਾਂ ਨੇ ਬੜੇ ਝੂਠ ਬੋਲੇ। ਪੀਸੀ ਅਲੈਗਜ਼ੈਂਡਰ ਇੰਦਰਾ ਗਾਂਧੀ ਦੇ ਨਿੱਜੀ ਸਚਿਵ ਸੀਗੇ, ਉਹਨਾਂ ਨੇ ਕਿਤਾਬ 'ਚ ਲਿਖਿਆ ਕਿ ਹਾਲਾਤ ਐਸੇ ਬਣ ਗਏ ਸਨ ਕਿ ਸਾਡੇ ਕੋਲ ਕੋਈ ਰਸਤਾ ਨਹੀਂ ਸੀ ਫੌਜ ਅੰਦਰ ਭੇਜਣ ਨੂੰ। ਅਗਲੀ ਗੱਲ ਉਹ ਲਿਖਦੇ ਨੇ ਕਿ ਮਈ ਦੇ ਆਖਰੀ ਮਹੀਨੇ 'ਚ, 1984 ਮਈ ਦੇ ਆਖਰੀ ਮਹੀਨੇ 'ਚ ਫੈਸਲਾ ਲੈਣਾ ਪਿਆ ਕਿ ਹੁਣ ਕੋਈ ਰਸਤਾ ਨਹੀਂ ਦਰਬਾਰ ਸਾਹਿਬ 'ਚ ਫੌਜ ਨੂੰ ਭੇਜਣ ਦਾ ਆਰਡਰ ਕੀਤਾ ਜਾਵੇ। ਉਸ ਤੋਂ ਪਹਿਲੇ ਇਸ ਬਾਰੇ ਕੋਈ ਸੋਚ ਵੀ ਨਹੀਂ ਸੀ। ਜਿਹੜੇ ਜਨਰਲ ਅੰਦਰ ਜਨਰਲ ਦਿਆਲ, ਜਨਰਲ ਸੁੰਦਰ ਜੀ, ਜਨਰਲ ਬਰਾੜ ਜਿਨ੍ਹਾਂ ਦੇ ਜੁੰਮੇ ਲਾਇਆ, ਉਹ ਵੀ ਇਹੀ ਕਹਿੰਦੇ ਕਿ ਸਾਨੂੰ ਤਾਂ ਸਿਰਫ 2 ਦਿਨ ਪਹਿਲੇ ਆਰਡਰ ਮਿਲਿਆ, ਅਸੀਂ ਉੱਥੇ ਗਏ। ਉਸ ਵੇਲੇ ਦੀ ਸਰਕਾਰ ਨੇ ਇੱਕ ਵਾਈਟ ਪੇਪਰ ਛਾਪਿਆ ਸੀ, ਉਹਦੇ ਵਿੱਚ ਵੀ ਇਸੇ ਗੱਲ ਦੀ ਪ੍ਰੋੜਤਾ ਕੀਤੀ ਕਿ ਅਸੀਂ ਮਈ ਦੇ ਆਖਰੀ ਹਫ਼ਤੇ ਦੇ ਵਿੱਚ ਇਹ ਫੈਸਲਾ ਕੀਤਾ ਕਿ ਦਰਬਾਰ ਸਾਹਿਬ ਦੇ ਅੰਦਰ ਜਾਣਾ। ਇਸ ਫੈਸਲੇ ਨੂੰ ਗਲਤ ਕਰ ਦਿੰਦੀ ਹੈ ਬ੍ਰਿਟਿਨ ਗਵਰਨਮੈਂਟ, ਜਿਨ੍ਹਾਂ ਨੇ ਅੱਜ ਤੋਂ 4 ਮਹੀਨੇ ਪਹਿਲੇ ਇੱਕ ਖੁਲਾਸਾ ਕੀਤਾ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਮਾਰਗਰਟ ਥੈਚਰ, ਉਸ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਨੇ ਪੱਤਰ ਲਿਖਿਆ ਸੀ ਔਰ ਪੱਤਰ ਲਿਖ ਕੇ 1983 ਸਤੰਬਰ ਅਕਤੂਬਰ ਦੇ ਵਿੱਚ, ਹੁਣ ਮਈ ਜਾਂ ਜੂਨ 84 ਦੀ ਗੱਲ ਨਹੀਂ, 1983 ਦੀ ਸਤੰਬਰ ਅਕਤੂਬਰ ਦੀ ਗੱਲ ਹੈ ਕਿ ਜਦੋਂ ਤਿਆਰੀ ਕੀਤੀ ਜਾ ਰਹੀ ਸੀ, ਉਹਨੂੰ ਪੱਤਰ ਲਿਖਿਆ ਸੀ ਕਿ ਬ੍ਰਿਟਿਸ਼ ਇੰਟੈਲੀਜੈਂਸ ਸਾਨੂੰ ਗਾਈਡ ਕਰੇ ਕਿ ਅਸੀਂ ਕਿਵੇਂ ਕਿਵੇਂ ਐਕਸ਼ਨ ਕਰ ਸਕਦੇ ਹਾਂ। ਮੈਂ ਸਮਝਦਾ ਕਿ ਪੋਲੀਟੀਕਲ ਬਲੰਡਰ ਇਸ ਸਰਕਾਰ ਨੇ ਕੀਤੀ, ਉਸ ਕੌਮ ਨੂੰ ਢਾਹ ਲਈ ਜਿਸ ਕੌਮ ਦੀ ਆਬਾਦੀ 2% ਹੈ, ਲੇਕਿਨ ਹਿੰਦੁਸਤਾਨ ਦੀ ਸਰਹੱਦ 'ਤੇ ਅਗਰ ਅੱਜ ਵੀ ਲੋੜ ਪੈ ਜਾਵੇ ਤਾਂ 90% ਇਹ ਕੌਮ ਆਪਣੀ ਜਾਨਾਂ ਦੇਣ ਨੂੰ ਖੜੀ ਹੈ। ਉਸ ਕੌਮ ਨਾਲ ਧਰੋਹ ਕੀਤਾ ਕਿ ਆਜ਼ਾਦੀ ਦੇ ਵਿੱਚ ਜੇ 125 ਫਾਂਸੀ ਹੋਈ ਤਾਂ 85 ਫਾਂਸੀਆਂ ਸਾਡੇ ਜ਼ਿੰਮੇ ਆਈਆਂ। ਕਾਲੇ ਪਾਣੀ ਜਿਹਨੂੰ ਅੰਡੇਮਾਨ ਨਿਕੋਬਾਰ, ਅੱਜ ਵੀ ਉੱਥੇ ਜੇਲ੍ਹ ਨੂੰ ਮਿਊਜ਼ੀਅਮ ਕਨਵਰਟ ਕਰਤਾ। ਜੇ 2000 ਤੋਂ ਵੱਧ ਬੰਦੇ ਉੱਥੇ ਗਏ ਤਾਂ 1800 ਤੋਂ ਵੱਧ ਪੰਜਾਬ ਦੇ ਸੀ। ਅੱਜ ਉਸ ਜੇਲ੍ਹ ਦੇ ਬਾਹਰ ਜਾ ਕੇ ਕਮਰਿਆਂ ਦੇ ਬਾਹਰ ਨਾਂ ਲਿਖੇ ਹੋਏ ਨੇ ਕਿ ਕਿਹਨਾਂ ਕਿਹਨਾਂ ਨੇ ਉੱਥੇ ਕਾਲਾ ਪਾਣੀ ਕੱਟਿਆ। ਤੁਹਾਨੂੰ ਸਮਝ ਆ ਜਾਏਗੀ ਕਿ ਕਿੱਡੀ ਵੱਡੀ ਕੁਰਬਾਨੀ ਇਸ ਕੌਮ ਨੇ ਕੀਤੀ ਕਿ ਜਿੱਥੇ ਜੇ ਸ਼ਹਿਰ 'ਚ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ ਹੋਵੇ, ਜੇ ਸ਼ਹਿਰ 'ਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਦੇ ਸਾਥੀਆਂ ਨੂੰ ਸ਼ਹੀਦ ਕੀਤਾ ਗਿਆ ਹੋਵੇ, ਜੇ ਸ਼ਹਿਰ 'ਚ 1984 ਦੇ ਵਿੱਚ ਐਡਾ ਵੱਡਾ ਕਤਲੇਆਮ ਕੀਤਾ ਗਿਆ ਹੋਵੇ, ਉਸੇ ਲਾਲ ਕਿਲ੍ਹੇ 'ਤੇ ਜਿੱਥੋਂ ਹੁਕਮ ਹੋਇਆ ਸੀ ਗੁਰੂ ਤੇਗ ਬਹਾਦਰ ਔਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ, ਉਸੇ ਲਾਲ ਕਿਲ੍ਹੇ 'ਤੇ ਖਾਲਸੇ ਨੇ ਆਪਣਾ 231ਵਾਂ ਸਾਲ ਖਾਲਸਾ ਫਤਿਹ ਦਿਵਸ ਮਨਾਇਆ। ਅੱਜ ਲੋੜ ਹੈ ਕਿ ਕੌਮ ਨੂੰ ਇੱਕਜੁੱਟ ਹੋ ਕੇ ਆਪਣੇ ਮੁੱਦਿਆਂ 'ਤੇ, ਆਪਣੇ ਇਸ਼ੂਸ 'ਤੇ ਫੈਸਲੇ ਲੈਣ ਦੀ। ਬਹੁਤ ਛੋਟੀ ਗਿਣਤੀ ਹੈ ਸਾਡੀ, ਸਾਨੂੰ ਸਿਆਣਪ ਲੈਣੀ ਚਾਹੀਦੀ ਹੈ ਯਹੂਦੀਆਂ ਤੋਂ। ਉਹਨਾਂ ਦੀ ਗਿਣਤੀ ਸਾਡੇ ਤੋਂ ਵੀ ਘੱਟ ਹੈ, ਲੇਕਿਨ ਉਹ ਬਹੁਤ ਅੱਗੇ ਨਿਕਲ ਗਏ, ਪਿਛਲੇ 60 ਸਾਲਾਂ 'ਚ ਹੀ ਨਿਕਲੇ ਨੇ, ਅਸੀਂ ਸ਼ਾਇਦ ਹਲੇ ਵੀ। ਮੈਂ ਇਸ ਕਰਕੇ ਇਹ ਗੱਲ ਕਹਿ ਰਿਹਾ
ਕਿ ਹੁਣੇ ਮੇਰੇ ਤੋਂ ਪਹਿਲੇ ਸਰਸਾ ਸਾਹਿਬ ਨੇ ਸ਼ਾਇਦ ਗੱਲ ਕੀਤੀ ਸੀਗੀ ਕਿ ਇੱਥੇ ਭੋਗਲ ਸਾਹਿਬ ਨੇ ਰਸੀਦ ਕਟਾਈ ਅਤੇ ਅਖੰਡ ਪਾਠ ਹੀ ਰੱਖਣ ਦਿੱਤਾ ਗਿਆ। ਹਿੱਤ ਸਾਹਿਬ ਹੁਣੇ ਮੈਨੂੰ ਦੱਸ ਰਹੇ ਸਨ ਕਿ ਜਦੋਂ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਸਿਰ ਵੱਢ ਕੇ ਲੈ ਗਏ, ਅਸੀਂ ਉਹਨਾਂ ਦੇ ਨਿਮਿੱਤ ਇੱਥੇ ਪਾਠ ਰੱਖਣਾ ਚਾਹੇ ਤਾਂ ਸਾਨੂੰ ਮਨ੍ਹਾ ਕੀਤਾ ਗਿਆ। ਮੈਂ ਸਮਝਦਾ ਕਿ ਗੁਰਦੁਆਰਾ ਕਮੇਟੀ ਦੇ ਸੇਵਾਦਾਰ ਹੋਣ ਦੇ ਨਾਤੇ ਦੁਨੀਆ ਦੇ ਵਿੱਚ ਅਗਰ ਸਭ ਤੋਂ ਜ਼ਿਆਦਾ ਸਿੱਖ ਕਿਤੇ ਵੱਸਦਾ ਤਾਂ ਦਿੱਲੀ ਸ਼ਹਿਰ 'ਚ ਵੱਸਦਾ, ਔਰ ਦਿੱਲੀ ਦਾ ਸਿੱਖ ਹਮੇਸ਼ਾ ਜੂਝਿਆ ਦੁਨੀਆ ਦੇ ਵੱਸਦੇ ਸਿੱਖਾਂ ਵਾਸ ਨਾਲ। ਜਦੋਂ ਵੀ ਕਿਤੇ ਧੱਕਾ ਹੋਇਆ, ਭਾਵੇਂ ਉਹ ਹਿੰਦੁਸਤਾਨ 'ਚ ਹੋਇਆ ਹੋਵੇ, ਹਿੰਦੁਸਤਾਨ ਤੋਂ ਬਾਹਰ ਹੋਇਆ ਹੋਵੇ, ਔਰ ਜਦੋਂ ਆਪਾਂ ਰੋਜ਼ ਅਰਦਾਸ ਕਰਦੇ ਹਾਂ ਅਤੇ ਉਹਦੇ 'ਚ ਅਸੀਂ ਕਹਿੰਦੇ ਹਾਂ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਹਾ। ਮੈਂ ਸਮਝਦਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਜਿੱਥੇ ਬਾਕੀ ਫਰਜ਼ ਨੇ ਉੱਥੇ ਇਹ ਵੀ ਫਰਜ਼ ਬਣਦਾ ਕਿ ਜੇ ਕਿਤੇ ਕੌਮ ਨਾਲ ਧੱਕਾ ਹੋ ਰਿਹਾ ਤਾਂ ਉਹਦੀ ਆਵਾਜ਼ ਉਠਾਈ ਜਾਵੇ, ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਆ ਕੇ ਜਦੋਂ ਵੀ ਕੋਈ ਨਤਮਸਤਕ ਹੋਣਾ ਚਾਹੇ ਤਾਂ ਉਸ ਦੇ ਵਿੱਚ ਆਪਸ ਦੇ ਵਿੱਚ ਵੰਡੀਆਂ ਪਾਉਣ ਦੀ ਲੋੜ ਨਹੀਂ ਹੈ, ਆਪਸ ਦੇ ਵਿੱਚ ਇਕਜੁੱਟਤਾ ਦਿਖਾਉਣ ਦੀ ਲੋੜ ਹੈ। ਕਿਉਂਕਿ ਜਦੋਂ 84 ਦੇ ਦੰਗੇ ਹੋਏ ਉਦੋਂ ਕਿਸੇ ਨੇ ਇਹ ਸੋਚ ਕੇ ਨਹੀਂ ਹਮਲੇ ਕੀਤੇ ਕਿ ਇਹ ਕਾਂਗਰਸੀ ਹੈ, ਕਿ ਇਹ ਬੀਜੇਪੀ ਹੈ, ਕਿ ਇਹ ਕਮਿਊਨਿਸਟ ਹੈ, ਕਿ ਇਹ ਮਾਇਆਵਤੀ ਹੈ, ਕਿ ਮੁਲਾਇਮ ਸਿੰਘ ਹੈ। ਉਦੋਂ ਸਿਰਫ ਸਿਰ 'ਤੇ ਪੱਗ ਔਰ ਮੂੰਹ 'ਤੇ ਦਾੜ੍ਹੀ ਦੇਖੀ ਗਈ ਸੀ, ਅਤੇ ਹਮੇਸ਼ਾ ਜਦੋਂ ਹਮਲਾ ਹੋਏਗਾ ਉਦੋਂ ਵੀ ਇਹ ਸਰੂਪ ਦੇਖਿਆ ਜਾਏਗਾ। ਸੋ ਇਸ ਕਰਕੇ ਜਦੋਂ ਕੌਮ 'ਤੇ ਭੀੜਾ ਪੈ ਜਾਵੇ ਉਦੋਂ ਸਾਡਾ ਕੋਈ ਧੜਾ ਨਹੀਂ, ਉਦੋਂ ਕੌਮ ਵਾਸਤੇ ਸਾਨੂੰ ਇੱਕ ਆਵਾਜ਼ ਚੁੱਕਣੀ ਬੜੀ ਲਾਜ਼ਮੀ ਹੈ। ਅਸੀਂ ਇਹ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਇਹਨਾਂ ਸਟੇਜਾਂ ਦੇ ਉੱਤੋਂ ਹਮੇਸ਼ਾ ਕੌਮ ਵਾਸਤੇ ਜਦੋਂ ਲੋੜ ਪਏਗੀ ਤੁਹਾਡੇ ਸੇਵਕ ਹਮੇਸ਼ਾ ਜੂਝਣਗੇ। ਅਸੀਂ 1984 ਦੀ ਵਿਡੋਜ਼ ਆ ਜਿਹੜੀਆਂ ਪੈਨਸ਼ਨਾਂ ਬੰਦ ਕੀਤੀਆਂ ਗਈਆਂ ਉਹ ਰਿਵਾਈਵ ਕੀਤੀਆਂ ਨੇ, ਉਹਨਾਂ ਦੇ ਬੱਚਿਆਂ ਦੀਆਂ ਫੀਸਾਂ, ਉਹਨਾਂ ਦੀ ਰੀਹੈਬਲੀਟੇਸ਼ਨ ਦੀਆਂ ਗੱਲਾਂ, ਉਹਨਾਂ ਦੇ ਮੁਕੱਦਮਿਆਂ ਦੇ ਉੱਤੇ ਜੋ ਖਰਚ ਹੋਣਾ ਚਾਹੀਦਾ ਜਿਹੜਾ ਨਹੀਂ ਕੀਤਾ ਜਾ ਰਿਹਾ ਸੀਗਾ। ਹੁਣੇ ਇੱਥੇ ਭੋਗਲ ਸਾਹਿਬ ਬੈਠੇ ਨੇ, ਖੋਖਰ ਸਾਹਿਬ ਬੈਠੇ ਨੇ ਸਾਡੇ ਮੈਂਬਰ ਸਾਹਿਬ, ਔਰ ਹਰਜਿੰਦਰ ਜੀ, ਰਣਜੀਤ ਕੌਰ, ਇਹ ਹੁਣੇ ਕਾਨਪੁਰ ਹੋ ਕੇ ਆਏ ਨੇ। ਕਿਉਂਕਿ ਦਿੱਲੀ ਤੋਂ ਬਾਅਦ ਅਗਰ ਕਿਤੇ ਵੱਧ ਨੁਕਸਾਨ ਹੋਇਆ 84 'ਚੋਂ, ਕਾਨਪੁਰ ਫਿਰ ਬੁਖਾਰੋ ਹੋਇਆ ਸੀ, ਉੱਥੇ ਜਿੰਨੀਆਂ ਵਿਡੋਜ਼ ਹੈ ਨੇ ਉਹਨਾਂ ਦੀ ਪੈਨਸ਼ਨ ਵੀ ਦਿੱਲੀ ਗੁਰਦੁਆਰਾ ਕਮੇਟੀ ਨੇ ਲਗਵਾ ਦਿੱਤੀ, ਔਰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਦਿੱਲੀ ਗੁਰਦੁਆਰਾ ਕਮੇਟੀ ਨੇ ਆਪਣੇ ਜਿੰਮੇ ਲਏ। ਉਹਦਾ ਕਾਰਨ ਇੱਕੋ ਹੈ ਕਿ ਜਿਹੜੇ ਕਾਨਪੁਰ 'ਚ ਭਾਵੇਂ ਦਿੱਲੀ ਕੋਲੋਂ ਆਬਾਦੀ ਘੱਟ ਹੋਵੇ, ਲੇਕਿਨ ਉਹਨਾਂ ਨੂੰ ਸੈਂਸ ਆਫ ਬਿਲੋਂਗਿੰਗ ਹੋਵੇ ਕਿ ਹਾਂ ਸਾਡੇ ਵਾਸਤੇ ਵੀ ਕੋਈ ਇੱਥੇ ਬੈਠਾ। ਸੋ ਇਸ ਕਰਕੇ ਅੱਜ ਦੇ ਦਿਨ ਅਸੀਂ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਔਰ ਜਿਹੜਾ ਸੋਚੀ ਸਮਝੀ ਸਾਜਿਸ਼ ਦੇ ਅਧੀਨ ਸਰਕਾਰ ਨੇ ਆਪਰੇਸ਼ਨ ਬਲੂ ਸਟਾਰ ਕੀਤਾ ਸੀ ਉਹਦੀ ਪੁਰਜੋਰ ਨਿਖੇਧੀ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ 30 ਸਾਲ ਪਹਿਲਾਂ ਇਸ ਦੁਖਾਂਤ ਵਾਕਿਆਂ ਨੂੰ ਫਿਰ ਤੋਂ ਯਾਦ ਕਰਾਉਂਦਾ ਹੈ ਕਿ ਇਸ ਤਰੀਕੇ ਸਾਡੇ ਸਭ ਤੋਂ ਉੱਚੇ ਔਰ ਸੁੱਚੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੇਲੇ ਦੀ ਸਰਕਾਰ ਨੇ ਕਿਸ ਤਰੀਕੇ ਢਾਹ ਢੇਰੀ ਕਰਨ ਦੀ ਕੋਸ਼ਿਸ਼ ਕੀਤੀ, ਕਿੰਨੇ ਨਿਰਦੋਸ਼ ਸਾਡੇ ਭੈਣ ਭਰਾਵਾਂ ਨੂੰ
ਜਿਹੜੇ ਉਸ ਸ਼ਹੀਦੀ ਪੁਰਬ ਦੇ ਮੌਕੇ 'ਤੇ ਉੱਥੇ ਪਹੁੰਚੇ ਸੀ, ਬੇਗੁਨਾਹ ਜਿਹੜੇ ਆਪਣੇ ਮਾਲਕ ਦੇ ਚਰਨਾਂ 'ਚ ਨਤਮਸਤਕ ਹੋਣ ਆਏ ਸੀ, ਜਿਨ੍ਹਾਂ ਦਾ ਕਦੀ ਵੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਦੋਸ਼ ਨਹੀਂ ਸੀ, ਉਹਨਾਂ ਬੇਗੁਨਾਹਾਂ ਨੂੰ ਕਿੰਨੇ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਉਸ ਵੇਲੇ ਦੀ ਸਰਕਾਰ ਨੇ ਸ਼ਹੀਦ ਕਰ ਦਿੱਤਾ। ਨਾ ਕੇਵਲ ਸ਼ਹੀਦ ਕੀਤਾ ਸਾਡੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ 'ਚ ਵਿਰਾਜਮਾਨ, ਉਹਨਾਂ ਦਾ ਸੀਨਾ ਵੀ ਗੋਲੀਆਂ ਨਾਲ ਛੰਨੀ ਕਰ ਦਿੱਤਾ। ਕੋਈ ਵੀ ਰਹਿਮ ਨਾ ਆਇਆ ਵੇਲੇ ਦੀ ਸਰਕਾਰ ਨੂੰ ਸਾਡੇ ਉੱਤੇ। ਇਹ ਉਹ ਕੌਮ ਸੀ ਜਿਸ ਨੇ ਇਸ ਮੁਲਕ ਦੀ ਆਜ਼ਾਦੀ ਦੇ ਵਾਸਤੇ ਸਭ ਤੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਸੀ। ਇਹ ਉਹ ਕੌਮ ਸੀ ਜਿਸ ਨੇ ਹਰੇਕ ਦਾ ਦੁੱਖ ਮਨਾਉਣ ਦਾ ਕੰਮ ਕੀਤਾ ਸੀ। ਇਹ ਉਹ ਕੌਮ ਸੀ ਜਿਸ ਨੇ ਆਪਣੀ ਜਾਨ ਮਜ਼ਲੂਮਾਂ ਦੀ ਰੱਖਿਆ ਵਾਸਤੇ, ਕੁਚਲਿਆਂ ਦੀ ਰੱਖਿਆ ਵਾਸਤੇ, ਮਾੜਿਆਂ ਦੀ ਰੱਖਿਆ ਵਾਸਤੇ ਆਪਣੀ ਜਾਨ ਦੀ ਹਮੇਸ਼ਾ ਕੁਰਬਾਨੀ ਦਿੱਤੀ। ਇਹ ਉਹ ਕੌਮ ਸੀ ਜਿਸ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣਾ ਪਰਿਵਾਰ ਵਾਰ ਦਿੱਤਾ, ਨਾ ਕੇਵਲ ਆਪਣੇ ਪਿੱਛੇ, ਨਾ ਆਪਣੇ ਪਰਿਵਾਰ ਪਿੱਛੇ, ਬਲਕਿ ਬਾਕੀ ਧਰਮਾਂ ਦੇ ਪਿੱਛੇ ਵੀ ਕਦੀ ਆਪਣੇ ਪਰਿਵਾਰ ਨੂੰ ਵਾਰਨ ਤੋਂ ਗੁਰੇਜ਼ ਨਾ ਕੀਤਾ। ਅਸੀਂ ਉਸ ਮਾਲਕ ਦੇ ਅਨੁਆਈ ਸੀ, ਅਸੀਂ ਉਸ ਮਾਲਕ ਦੇ ਬੱਚੇ ਸੀ। ਸਾਡੇ 'ਚੋਂ ਕਦੀ ਵੀ ਕਿਸੇ ਨੇ ਕਦੀ ਵੀ ਕਿਸੇ ਦੂਸਰੇ ਧਰਮ ਦੇ ਉੱਤੇ ਵਿਤਕਰਾ ਨਹੀਂ ਕੀਤਾ ਸੀ। ਉਹ ਪਵਿੱਤਰ ਸਥਾਨ ਵੀ ਸਭ ਧਰਮਾਂ ਦਾ ਸਥਾਨ ਸੀ, ਸਾਂਝਾ ਸਥਾਨ ਸੀ। ਜਦੋਂ ਇਹ ਸਥਾਪਨਾ ਕੀਤੀ ਗਈ ਤਾਂ ਇਹੀ ਸੋਚ ਕੇ ਕੀਤੀ ਗਈ ਸੀ ਕਿ ਇਹ ਸਭ ਜਗ੍ਹਾ ਜੇ ਸਭ ਧਰਮਾਂ ਦੇ ਵਾਸਤੇ, ਸਭਨਾਂ ਦੇ ਵਾਸਤੇ ਇਹ ਪਵਿੱਤਰ ਸਥਾਨ। ਪਰ ਸਰਕਾਰ ਨੇ ਸਾਨੂੰ ਦਬਾਉਣ ਵਾਸਤੇ, ਸਾਨੂੰ ਸਬਕ ਸਿਖਾਉਣ ਵਾਸਤੇ ਇੱਕ ਐਸੇ ਕਦਮ ਚੁੱਕੇ ਜਿਹੜੇ ਕਈ ਆਉਣ ਵਾਲੀਆਂ ਪੀੜ੍ਹੀਆਂ, ਕਈ ਸੈਂਕੜੇ ਹਜ਼ਾਰਾਂ ਸਾਲਾਂ ਤੱਕ ਨਾ ਤਾਂ ਅਸੀਂ ਭੁੱਲ ਸਕਦੇ ਹਾਂ ਅਤੇ ਨਾ ਸਾਡੀਆਂ ਪੀੜ੍ਹੀਆਂ ਭੁੱਲ ਸਕਦੀਆਂ ਨੇ। ਪਰ ਵੇਲੇ ਦੀ ਸਰਕਾਰ ਦਾ ਵੀ ਅੱਜ ਫਰਜ਼ ਬਣਦਾ ਹੈ ਸਾਡੇ ਜ਼ਖਮਾਂ ਦੇ ਉੱਤੇ ਥੋੜ੍ਹੀ ਜਿਹੀ ਮਲਮ ਲਾਉਣ ਵਾਸਤੇ। ਇਹ ਜ਼ਰੂਰੀ ਆ ਕਿ ਐਸਾ ਮਤਾ ਸਰਕਾਰ ਪਾਸ ਕਰੇ ਔਰ ਸਰਕਾਰ ਉਹਨਾਂ ਵੇਲੇ ਦੀ ਕੀ ਸਰਕਾਰ ਉਸ ਵੇਲੇ ਦੀ ਕਾਂਗਰਸ ਸਰਕਾਰ ਦੁਆਰਾ ਕੀਤੀ ਗਈਆਂ ਸਕੁਰਿਤੀਆਂ ਵਾਸਤੇ ਮਾਫ਼ੀ ਮੰਗੇ। ਮੈਨੂੰ ਯਾਦ ਆ ਇੱਕ ਸਮਾਂ ਇਹੋ ਜਿਹਾ ਵੀ ਸੀ, ਇੱਕ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸਟੇਜ ਜਿਹੜੀ ਸੀ ਇਹਦੇ ਵਾਸਤੇ, ਇੱਥੇ ਕਦੀ 1984 ਦਾ ਕੋਈ ਪ੍ਰੋਗਰਾਮ ਨਹੀਂ ਕਰ ਸਕਦਾ ਸੀ। ਮੈਨੂੰ ਯਾਦ ਆ ਭੋਗਲ ਸਾਹਿਬ ਨੇ ਇੱਕ ਵਾਰ ਬਾਲਾ ਸਾਹਿਬ ਅੰਦਰ ਸ਼੍ਰੀ ਖੰਡਪਾਠ ਸਾਹਿਬ ਰਖਾਉਣਾ ਸੀ ਅਤੇ ਉਹ ਇਹਨਾਂ ਦੀ ਬੁਕਿੰਗ ਕੀਤੀ ਦੀ ਪਰਚੀ ਪਾੜ ਦਿੱਤੀ ਗਈ ਸੀ, ਕਿਹਾ ਗਿਆ ਸੀਗਾ ਕਿ 1984 ਦੇ ਨਿਮਿਤ ਕੋਈ ਇੱਥੇ ਖੰਡਪਾਠ ਸਾਹਿਬ ਨਹੀਂ ਕਰਾ ਸਕਦਾ। ਮੈਨੂੰ ਯਾਦ ਆ ਕਿ ਉਹ ਅਸੀਂ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਵੀ ਗਏ ਸੀ ਕਿ ਕਿਆ 1984 ਦੀ ਸ਼ਹਾਦਤ ਦੇ ਵਾਸਤੇ ਸ਼੍ਰੀ ਅਖੰਡਪਾਠ ਸਾਹਿਬ ਕਰਾਉਣ ਵਾਸਤੇ ਵੀ ਪ੍ਰਬੰਧਕਾਂ ਦੀ ਮਨਜ਼ੂਰੀ ਦੀ ਜ਼ਰੂਰਤ ਹੋਊਗੀ, ਕਿਆ ਉਹਨਾਂ ਦੇ ਦਿਸ਼ਾ ਨਿਰਦੇਸ਼ ਹੋਣਗੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼੍ਰੀ ਅਖੰਡਪਾਠ ਸਾਹਿਬ ਕਰਾਉਣ ਵਾਸਤੇ। ਪਰ ਅੱਜ ਇਹ ਤੁਹਾਡੀ ਆਪਣੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ, ਅਸੀਂ ਤੁਹਾਡੇ ਸੇਵਾਦਾਰ, ਅਸੀਂ ਇਸ ਚੀਜ਼ ਤੋਂ ਪਰਾਂ ਹਟ ਕੇ, ਕਿਸੇ ਪਾਰਟੀ ਦੀ ਰਾਜਨੀਤੀ ਤੋਂ ਪਰਾਂ ਹਟ ਕੇ, ਕਿਸੇ ਆਪਣੀ ਨਿੱਜੀ ਸੋਚ ਤੋਂ ਪਰਾਂ ਹਟ ਕੇ ਕੇਵਲ ਔਰ ਕੇਵਲ ਉਹ ਕਾਰਜ ਕਰਨ ਦਾ ਵਿਸ਼ਵਾਸ ਕਰਦੇ ਹਾਂ ਜਿਹੜੇ ਸੰਗਤਾਂ ਨੂੰ ਪ੍ਰਵਾਨ ਹੋਣ, ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਪ੍ਰਵਾਨ ਹੋਣ। ਇਸ ਕਰਕੇ ਚਾਹੇ 1984 ਦਾ ਆ ਘੱਲੂਘਾਰਾ ਹੋਵੇ, ਚਾਹੇ 1984 ਦਾ ਦਿੱਲੀ ਦੇ ਅੰਦਰ ਹੋਇਆ ਘੱਲੂਘਾਰਾ ਹੋਵੇ, ਚਾਹੇ ਉਹਨਾਂ ਸ਼ਹੀਦਾਂ ਦੀ ਗੱਲ ਹੋਵੇ, ਚਾਹੇ ਦਿੱਲੀ ਦੇ ਅੰਦਰ ਔਰ ਬਾਕੀ ਦੇਸ਼ ਦੇ ਅੰਦਰ ਸ਼ਹੀਦਾਂ ਦੀ ਗੱਲ ਹੋਵੇ, ਅਸੀਂ ਸਦੈਵ ਅੱਗੇ ਵੱਧ ਕੇ ਉਹਨਾਂ ਦੀ, ਜੋ ਵੀ ਅਸੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਸੇਵਾ ਕਰ ਸਕਦੇ ਸੀ, ਅਸੀਂ ਸਦੈਵ ਉਸ 'ਤੇ ਪੂਰਾ ਉਤਰਨ ਦੀ ਕੋਸ਼ਿਸ਼ ਕੀਤੀ ਆ। ਮੈਂ 1984 ਦੇ ਉਹਨਾਂ ਸ਼ਹੀਦਾਂ ਦੇ ਚਰਨਾਂ 'ਚ ਆਪਣੇ ਵੱਲੋਂ
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਨਿਮਾਣਾ ਸੇਵਾਦਾਰ ਹੋਣ ਦੇ ਨਾਤੇ ਸ਼ਰਧਾ ਦੇ ਫੁੱਲ ਅਰਪਿਤ ਕਰਦਾ ਹੈ। ਪਰਮ ਪਿਤਾ ਪਰਮੇਸ਼ੁਰ ਉਹਨਾਂ ਸ਼ਹੀਦਾਂ ਨੂੰ ਦੇ ਪਰਿਵਾਰਾਂ ਨੂੰ ਪਿੱਛੋਂ ਤਾਕਤ ਬਖਸ਼ੇ। ਇਹ ਸ਼ਹੀਦੀ ਦਾ ਜਾਮ ਜਿਹੜਾ ਉਹ ਪੀ ਗਏ, ਉਸ ਪਰਿਵਾਰਾਂ ਨੂੰ ਹਿੰਮਤ ਔਰ ਤਾਕਤ ਬਖਸ਼ੇ ਕਿ ਉਹ ਇਸੇ ਤਰ੍ਹਾਂ ਦੇਸ਼ ਔਰ ਕੌਮ ਦੀ ਸੇਵਾ ਕਰ ਸਕਣ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਵੀ, ਸਾਡੇ ਧਰਮ ਪ੍ਰਚਾਰ ਦੇ ਮੁਖੀ ਸਾਹਿਬ ਪਰਮਜੀਤ ਸਿੰਘ ਰਾਣਾ ਜੀ ਦਾ ਵੀ, ਸਰਦਾਰ ਅਵਤਾਰ ਸਿੰਘ ਹਿੱਤ ਸਾਹਿਬ ਦਾ ਵੀ, ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਪਰਿਵਾਰਾਂ ਦੇ ਵਾਸਤੇ ਬਹੁਤ ਲੜਾਈ ਲੜਦੇ ਆਏ ਨੇ। ਪਰਮਾਤਮਾ ਆਪ ਸਾਹਿਬ ਨੂੰ ਵੀ ਇਸੇ ਤਰ੍ਹਾਂ ਹਿੰਮਤ ਔਰ ਜਜ਼ਬਾ ਬਖਸ਼ੇ, ਅਸੀਂ ਦੇਸ਼ ਕੌਮ ਦੀ ਔਰ ਇਸੇ ਤਰ੍ਹਾਂ ਪਰਮਾਤਮਾ ਦੇ ਪਰਮ ਪਿਤਾ ਪਰਮੇਸ਼ਵਰ ਪਰਮਾਤਮਾ ਦੇ ਚਰਨਾਂ ਦੀ ਸੇਵਾ ਕਰ ਸਕੀਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿਹੜੀ ਕੌਮ ਸਰਬੱਤ ਦਾ ਭਲਾ ਕਰਦੀ ਹੈ ਉਸਨੂੰ 4 ਜੂਨ 1984 ਦੇ ਵਿੱਚ ਜੋ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਜੋ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਆਈ ਸੀ, ਉਹਨਾਂ 'ਤੇ ਗੋਲੀਆਂ ਰਾਹੀਂ ਟੈਂਕਾਂ ਰਾਹੀਂ ਹਮਲਾ ਕੀਤਾ ਗਿਆ। ਇਹ ਜੋ ਹਮਲੇ ਹੁੰਦੇ ਹਨ ਕਿਸੇ ਦੇਸ਼ ਦੇ ਨਾਗਰਿਕ 'ਤੇ ਨਹੀਂ ਕੀਤੇ ਜਾਂਦੇ, ਇਹ ਹਮਲੇ ਸਰਹੱਦਾਂ 'ਤੇ ਕੀਤੇ ਜਾਂਦੇ ਹਨ, ਦੇਸ਼ ਨੂੰ ਹੀ ਸਰਹੱਦਾਂ ਨੂੰ ਬਚਾਉਣ ਲਈ। ਗੁਰੂ ਗ੍ਰੰਥ ਸਾਹਿਬ ਨੂੰ ਛਲਨੀ ਕੀਤਾ ਗਿਆ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੂੰ ਮਾਰਿਆ ਗਿਆ, ਅਕਾਲ ਤਖ਼ਤ ਸਾਹਿਬ 'ਤੇ ਟੈਂਕਾਂ ਨਾਲ ਗੋਲੇ ਮਾਰੇ ਗਏ। ਇਹ ਉਸ ਟਾਈਮ ਦੀ ਹਕੂਮਤ ਇੰਦਰਾ ਗਾਂਧੀ ਦੀ ਹਕੂਮਤ ਸੀ ਜਿਹਨੇ ਖਾਲਸਾ ਪੰਥ ਦੇ ਉਸ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਜਿਸ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਨੇ ਇੱਥੇ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਅਖੰਡ ਪਾਠ ਰਖਵਾਏ ਗਏ ਔਰ ਉਹਨਾਂ ਦੇ ਭੋਗ ਪਏ ਹਨ। ਉਸ ਤੋਂ ਬਾਅਦ ਜੋ ਲੋਕ ਸ਼ਹੀਦ ਹੋਏ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਉਹਨਾਂ ਦੀ ਯਾਦ ਕੀਤਾ ਗਿਆ, ਉਹਨਾਂ ਦੇ ਪ੍ਰਤੀ ਸ਼ਰਧਾਂਜਲੀ ਦਿੱਤੀ ਗਈ ਅਤੇ ਇਹ ਅਰਦਾਸ ਕੀਤੀ ਗਈ ਸੱਚੇ ਪਾਤਸ਼ਾਹ ਪਿੱਛੇ ਉਹਨਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ। ਅਸੀਂ ਜੋ ਨਵੰਬਰ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਜੋ ਸ਼ਹੀਦ ਹੋਏ ਹਨ ਅਸੀਂ ਉਹਨਾਂ ਨੂੰ ਨਤਮਸਤਕ ਕਰਦੇ ਹਾਂ ਔਰ ਸ਼ਰਧਾ ਸੁਮਨ ਅਰਪਿਤ ਕਰਦੇ ਹਾਂ। ਬਲੂ ਸਟਾਰ ਜਿਹੜਾ 1984 ਵਿੱਚ ਕੇਂਦਰ ਦੀ ਸਰਕਾਰ ਨੇ ਕੀਤਾ ਸੀ, ਉਹਨਾਂ ਦੇ ਜਿਹੜੇ ਸ਼ਹੀਦ ਸੀ ਉਹਨਾਂ ਨਿਮਿੱਤ ਅੱਜ ਅਖੰਡ ਪਾਠ ਰੱਖਿਆ ਗਿਆ ਸੀ ਔਰ ਅਰਦਾਸ ਕੀਤੀ ਗਈ ਅਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਸਾਰਾ ਪੰਥ ਇਕੱਤਰ ਹੋਇਆ ਇੱਥੇ। ਉਹ ਦਿਨ ਐਡਾ ਦੁਖਾਂਤ ਹੈ ਉਸ ਦਿਨ ਦਾ, ਉਹ ਦਿਨ ਅੱਜ ਵੀ ਕੱਲ੍ਹ ਦੀ ਤਰ੍ਹਾਂ ਯਾਦ ਹੈ ਕਿ ਉਸ ਦਿਨ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਸੀ। ਸੈਂਕੜੇ ਲੋਕ, ਹਜ਼ਾਰਾਂ ਲੋਕ ਉਸ ਵੇਲੇ ਦਰਬਾਰ ਸਾਹਿਬ 'ਚ ਇਸ਼ਨਾਨ ਕਰ ਰਿਹਾ ਸੀ, ਮੱਥਾ ਟੇਕਣ ਆਏ ਹੋਏ ਸੀ। ਉਸ ਸਰਕਾਰ ਦੀ ਉਸ ਕਾਲੀ ਸੋਚ ਨੇ, ਭੈੜੀ ਸੋਚ ਨੇ, ਕੁਨੀਤੀ ਨੇ ਚਾਰੇ ਪਾਸੇ ਫੌਜਾਂ ਘੇਰਾ ਪਾ ਕੇ ਬਿਜਲੀ ਪਾਣੀ ਕੱਟ ਕੇ ਘੇਰ ਲਿਆ ਔਰ ਗੋਲਾਬਾਰੀ ਕਰ ਦਿੱਤੀ। ਜਿੰਨੇ ਦੁਨੀਆ ਅੰਦਰ ਸੀ ਕੋਈ ਬਚ ਕੇ ਨਹੀਂ ਨਿਕਲ ਸਕਿਆ ਔਰ ਸਾਰਾ ਸਰੋਵਰ ਲਾਸ਼ਾਂ ਨਾਲ ਭਰ ਗਿਆ। ਹਾਹਾਕਾਰ ਮੱਚ ਗਈ ਚਾਰੇ ਪਾਸੇ, ਕੋਈ ਜਿਉਂਦਾ ਬਚ ਕੇ ਨਹੀਂ ਜਾ ਸਕਿਆ, ਕੋਈ ਬਰਬਰਲਾ ਭਾਗਾਂ ਵਾਲਾ ਕੋਈ ਨਿਕਲ ਕੇ ਚਲਾ ਗਿਆ ਹੋਏਗਾ। ਏਡਾ ਵੱਡਾ ਦੁਖਾਂਤ ਇਸ ਦੇਸ਼ ਦੀ ਸਰਕਾਰ ਨੇ ਕੀਤਾ ਕਿੱਥੇ? ਪੰਚਮ ਪਾਤਸ਼ਾਹ ਦੇ ਉਸ ਅਸਥਾਨ ਦੇ ਉੱਤੇ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਡਿੱਠੇ ਸਭੇ ਥਾਂ ਨਹੀਂ ਤੁਰਜਿਆ, ਐਸੇ ਸਥਾਨ ਦੇ ਉੱਤੇ ਕੀਤਾ ਜਿਹੜਾ ਮਾਨਵਤਾ ਦਾ ਪ੍ਰਤੀਕ ਆ, ਜਿੱਥੇ
ਸੱਚੀ ਅਗਰ ਕਿਸੇ ਨੂੰ ਮਿਲਦੀ ਹੈ, ਸੱਚ ਦੀ ਕੋਈ ਆਵਾਜ਼ ਕਿਤੇ ਬੁਲੰਦ ਹੁੰਦੀ ਆ, ਇੱਕ ਤਾਂ ਅਖੰਡਤਾ ਦੀ ਨਿਮਾਣਾ ਨਿਮਾਣ ਅਤੇ ਨਿਤਾਣੇ ਤਾਣ ਮਿਲਦਾ, ਉੱਥੇ ਹਰਿਮੰਦਰ ਸਾਹਿਬ ਉੱਥੇ ਅਟੈਕ ਕੀਤਾ ਗਿਆ। ਬੜਾ ਵੱਡਾ ਦੁੱਖ ਹੈ ਇਸ ਗੱਲ ਦਾ, ਇਸ ਕਰਕੇ ਅੱਜ ਅਸੀਂ ਸਾਰੇ ਇੱਥੇ ਇਕੱਤਰ। ਉਸ ਤੋਂ ਬਾਅਦ ਉਸੇ ਪ੍ਰਕਸ਼ ਦੇ ਵਿੱਚ ਹੀ ਦਿੱਲੀ ਦੇ ਵਿੱਚ ਇਹ ਵੱਡਾ ਘਲੂਘਾਰਾ ਵਾਪਰਿਆ। ਹਜ਼ਾਰਾਂ ਲੋਕ ਬੇਦੋਸ਼ੇ ਮਾਰੇ ਗਏ, ਉੱਥੇ ਵੀ ਮਾਰੇ ਗਏ, ਇੱਥੇ ਵੀ ਮਾਰੇ ਗਏ, ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ। ਇਸ ਕਰਕੇ ਇਹਨਾਂ ਨੇ ਸਾਡਾ ਜੋ ਕੀਤਾ, ਗੁਰੂ ਨਾਨਕ ਨੇ ਆਵਾਜ਼ ਦਿੱਤੀ ਸੀ ਹੋਏ ਕਿ ਏਤੀ ਮਾਰ ਪਈ ਕੁਰਲਾਣੇ ਤੈਅ ਕੀ ਦਰਦ ਨਾ ਆਇਆ, ਪਰ ਅੱਜ ਕੋਈ ਆਵਾਜ਼ ਜਵਾਬ ਨੇ ਅੱਜ ਤੱਕ 30 ਸਾਲ 'ਚ ਪੈਦਾ ਨਹੀਂ ਹੋਇਆ, ਨਾ ਉਦੋਂ ਨਾ ਅੱਜ। ਉਦੋਂ ਦੀ ਸੋਚ ਬਣਦੀ ਬਣਦੀ ਅੱਜ ਇਹ ਸੋਚ ਬਣ ਗਈ ਕਿ ਅੱਜ ਹਿੰਦੁਸਤਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਰਾਜ ਆਇਆ, ਬਹੁਤ ਵੱਡੀ ਗਿਣਤੀ ਦੇ ਵਿੱਚ, ਬਹੁਤ ਵੱਡੀ ਉਹਨਾਂ ਦੀ ਕੋਈ ਤਾਕਤ ਦੇ ਨਾਲ ਆਏ ਆ ਉਹ। ਉਹਨਾਂ ਨੂੰ ਕਿਸੇ ਦੀ ਤਾਕਤ ਦੀ ਲੋੜ ਨਹੀਂ, ਕਿਸੇ ਦੀ ਸਪੋਰਟ ਦੀ ਲੋੜ ਨਹੀਂ, ਇੰਨੀ ਬਹੁਤ ਸਮਝ ਉਹਨਾਂ ਨੂੰ ਹਾਸਲ ਹੋਈ ਆ। ਹਮੇਸ਼ਾ 84 ਦੇ ਉੱਤੇ ਆ ਕੇ ਹਾਹ ਦਾ ਨਾਰਾ ਮਾਰਦਾ ਹਰ ਕੋਈ ਆ ਕੇ ਆਪਣੀਆਂ ਵੋਟਾਂ ਵਾਸਤੇ ਜਾਂ ਆਪਣੇ ਮਤਲਬ ਵਾਸਤੇ, ਪਰ ਮੈਂ ਅੱਜ ਕਹਿਣਾ ਚਾਹੁੰਦਾ ਕਿ ਕੇਂਦਰ ਦੀ ਸਰਕਾਰ ਨੂੰ ਪਾਰਲੀਮੈਂਟ ਦੇ ਵਿੱਚ ਬੈਠ ਕੇ ਸਾਰੇ MPਾਂ ਨਾਲ ਇਹਨਾਂ ਦੇ ਪਤਾ ਲੱਗ ਜੂਗਾ ਕਿਹੜਾ ਇਸ ਗੱਲ ਦੇ ਹੱਕ ਅਤੇ ਕਿਹੜਾ ਖਿਲਾਫ ਆ। ਉੱਥੇ ਇਹ ਮਤਾ ਰੱਖਣਾ ਚਾਹੀਦਾ ਕਿ ਇਹ ਜਿਹੜਾ 84 ਘੱਲੂਘਾਰਾ ਹੋਇਆ, ਬੜਾ ਵੱਡਾ ਦੁਖਾਂਤ ਸੀ, ਅਸੀਂ ਇਹਨੂੰ ਕੰਡਮ ਕਰਦੇ ਹਾਂ, ਔਰ ਜਿਹਨਾਂ ਲੋਕਾਂ ਨੇ ਕੀਤਾ ਉਹਨੂੰ ਅਸੀਂ ਸਜਾਵਾਂ ਦੇਵਾਂਗੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਦੁਖਾਂਤ ਕਦੀ ਕਿਸੇ ਮਨੋਰਟੀ ਨਾਲ ਕਦੀ ਨਹੀਂ ਵਾਪਰੇਗਾ। ਅਸੀਂ ਇਹਦੀ ਨਿਖੇਧੀ ਕਰਦੇ ਹਾਂ, ਇਹ ਅੱਜ ਦਾ ਮਤਾ ਪਾਸ ਕੀਤਾ। ਸਾਨੂੰ ਉਮੀਦ ਆ ਕਿ ਕੇਂਦਰ ਦੀ ਸਰਕਾਰ ਨਰਿੰਦਰ ਮੋਦੀ ਬਹੁਤ ਹਿੰਮਤ ਅਤੇ ਜ਼ੁਰਤ ਵਾਲਾ ਪ੍ਰਧਾਨ ਮੰਤਰੀ ਆ, ਉਹ ਕਰੇਗਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਵਿੱਚ ਮੁੜਕੇ ਸ਼ਾਂਤੀ ਰਹੇ, ਮੁੜਕੇ ਕਦੀ ਕਿਸੇ ਹਿੰਮਤ ਨਾ ਪਵੇ ਕਿ ਕਿਸੇ ਨੂੰ ਇਸ ਤਰ੍ਹਾਂ ਟਾਇਰ ਪਾ ਕੇ ਸੜਾ ਜਾਵੇ, ਬੇਗੁਨਾਹ ਮਾਰੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜੂਨ 1984 ਦੇ ਜਿਹੜੇ ਸਿੰਘ ਸ਼ਹੀਦ ਹੋਏ ਸਨ, ਜਿਹੜੇ ਉਹ ਸ਼ਰਧਾਲੂ ਅੱਜ ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਹਰਿਮੰਦਰ ਸਾਹਿਬ ਗਏ ਸਨ, ਔਰ ਉਹਨਾਂ 'ਤੇ ਬਗੈਰ ਇਨਫੋਰਮੇਸ਼ਨ, ਬਗੈਰ ਕੋਈ ਗੱਲ ਦੱਸੇ, ਬਗੈਰ ਕੋਈ ਵਾਰਨ ਦਿੱਤੇ, ਉਹਨਾਂ 'ਤੇ ਗੋਲੀਆਂ ਚਲਾਈਆਂ ਗਈਆਂ। ਅਸੀਂ ਉਹਨਾਂ ਸ਼ਹੀਦਾਂ ਦੇ ਸਮਰਪਿਤ ਅਖੰਡ ਪਾਠ ਸਾਹਿਬ ਰੱਖੇ ਸਨ, ਜਿਹਦੇ ਅੱਜ ਸਮਾਪਤੀ ਹੋਈ ਹੈ, ਭੋਗ ਪਏ ਹਨ। ਉਪਰੰਤ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਅਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਆਪਣੇ ਵਿਚਾਰ ਸੰਗਤਾਂ ਨਾਲ ਰੱਖੇ। ਇਹਦੇ ਵਿੱਚ ਪੰਥ ਦੀਆਂ ਮਹਾਨ ਸ਼ਖਸੀਅਤਾਂ, ਜਥੇਦਾਰ ਅਵਤਾਰ ਸਿੰਘ ਹਿੱਤ, ਸਰਦਾਰ ਕੁਲਦੀਪ ਸਿੰਘ ਭੋਗਲ, ਸਰਦਾਰ ਮਨਜੀਤ ਸਿੰਘ ਜੀਕੇ, ਮਨਜਿੰਦਰ ਸਿੰਘ ਜੀ ਸਿਰਸਾ ਜਨਰਲ ਸਕੱਤਰ ਸਾਹਿਬ ਅਤੇ ਹੋਰ ਕਈ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਸ਼ਾਮਿਲ ਹੋਏ ਹਨ। ਅਸੀਂ ਸਾਰੇ ਮਿਲ ਕੇ ਜਿਹੜੀ ਅਰਦਾਸ ਕੀਤੀ ਹੈ, ਉਹਦੇ ਵਿੱਚ ਇੱਕੋ ਮੰਗ ਹੈ ਗੁਰੂ ਅੱਗੇ ਕਿ ਜਿਹੜੇ ਉਸ ਵੇਲੇ ਸ਼ਹੀਦ ਹੋਏ ਸਨ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਔਰ ਅੱਗੇ ਭਾਣਾ ਮੰਗਣ ਦਾ ਬਲ ਉਹਨਾਂ ਪਰਿਵਾਰਾਂ ਨੂੰ ਬਖਸ਼ੇ ਜਿਹਨਾਂ ਨੇ ਕੌਮ ਪਿੱਛੇ ਕੋਈ ਨਾ ਕੋਈ ਘਾਲਣਾ ਘੱਲੀ ਹੈ। ਅੱਜ ਅਸੀਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੂੰ ਇੱਕ ਬੇਨਤੀ ਵੀ ਕੀਤੀ ਹੈ ਕਿ ਜਿਹੜੇ ਸਿੰਘ ਸਿੰਘਣੀਆਂ ਕੌਮ ਪਿੱਛੇ ਜੇਲ੍ਹਾਂ 'ਚ ਬੰਦ ਹਨ ਉਹਨਾਂ ਦੀ ਰਿਹਾਈ ਵਾਸਤੇ ਸਰਕਾਰਾਂ ਨਾਲ ਗੱਲ ਚਲਾਈ ਜਾਵੇ। ਜਿਹੜੇ ਕਾਲੀ ਸੂਚੀ ਦੇ ਵਿੱਚ ਆਪਣੇ ਕਈ ਸਿੰਘ ਬਾਹਰੋਂ ਵਿਦੇਸ਼ੋਂ ਹਿੰਦੁਸਤਾਨ ਨਹੀਂ ਵਾਪਸ ਆ ਸਕਦੇ ਉਹਨਾਂ ਵਾਸਤੇ ਗੱਲ ਕੀਤੀ ਜਾਵੇ। ਜਿਹੜਾ ਸਾਡਾ ਦਸਤਾਰ ਦਾ ਮਸਲਾ ਫਸਿਆ ਹੋਇਆ ਫਰਾਂਸ ਦੇ ਵਿੱਚ ਉਹਦੇ ਬਾਰੇ ਗੱਲ ਕੀਤੀ ਜਾਵੇ। ਇਹੋ ਜਿਹੇ ਕਈ ਮਸਲੇ ਐਸੇ ਸਿੱਖਾਂ ਦੇ ਨੇ ਜਿਹੜੇ ਪਿਛਲੇ 30 ਸਾਲ ਤੋਂ ਸਾਡੀ ਸੁਣਵਾਈ ਨਹੀਂ ਹੋਈ। ਆਸ ਕਰਦੇ ਹਾਂ ਜਿਹੜਾ ਕਿ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਦਾ ਅਤੇ ਭਾਰਤੀ ਜਨਤਾ ਪਾਰਟੀ ਦਾ ਹੋਇਆ ਹੈ, ਇਹਦੇ ਵਿੱਚ ਸਾਡੀਆਂ ਪੁਰਾਣੀਆਂ ਮੰਗਾਂ ਜ਼ਰੂਰ ਮੰਗੀਆਂ ਜਾਣਗੀਆਂ, ਮੰਨੀਆਂ ਜਾਣਗੀਆਂ, ਅਤੇ ਆਉਣ ਵਾਲਾ ਜਿਹੜਾ ਸਾਡਾ ਭਵਿੱਖ ਹੈ ਉਹਦੇ ਵਿੱਚ ਅਸੀਂ ਉਹਨਾਂ ਸ਼ਹੀਦਾਂ ਦੇ ਯਾਦ ਵਿੱਚ ਜਿਹੜਾ ਰਕਾਬਗੰਜ ਸਾਹਿਬ ਇੱਕ ਬਹੁਤ ਵੱਡਾ ਸਮਾਰਕ ਬਣਾਉਣ ਜਾ ਰਹੇ ਹਾਂ ਉਹਦੇ ਵਿੱਚ ਵੀ ਸਿੱਖ ਸੰਗਤਾਂ ਦਾ ਪੂਰਾ ਸਹਿਯੋਗ ਚਾਹੀਦਾ, ਕਿਉਂਕਿ ਸੰਗਤਾਂ ਦੇ ਸਹਿਯੋਗ ਦੇ ਬਗੈਰ ਕੋਈ ਵੀ ਕਾਰਜ ਸਫਲ ਨਹੀਂ ਹੁੰਦਾ। ਮੈਂ ਆਸ ਕਰਦਾ ਕਿ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨ ਤੋਂ ਇਲਾਵਾ ਅਸੀਂ ਉਹਨਾਂ ਦੇ ਬੱਚਿਆਂ ਦੀ, ਉਹ ਵਿਧਵਾਵਾਂ ਜਿਹੜੀਆਂ 1984 ਦੇ ਵਿੱਚ ਜਿਨ੍ਹਾਂ ਨੇ ਇਹ ਘੱਲੂਘਾਰਾ ਝੇਲਿਆ,
ਉਹਨਾਂ ਦੀ ਦੇਖ ਰੇਖ ਵੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਬਾਖੂਬੀ ਨਿਭਾ ਰਹੀ ਹੈ। ਆਸ ਕਰਦੇ ਹਾਂ ਕਿ ਅੱਗੇ ਵੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਤੋਂ ਸੱਚੇ ਪਾਤਸ਼ਾਹ ਜੋ ਵੀ ਸੇਵਾ ਲੈਣਗੇ ਉਹ ਮਹਾਰਾਜ ਆਪ ਆਪਣੀ ਕਰਾਉਣਗੇ, ਅਤੇ ਅਸੀਂ ਇੱਕੋ ਆਸ ਕਰਦੇ ਹਾਂ ਕਿ ਜੋ ਇਨਸਾਫ ਸਿੱਖਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਨਹੀਂ ਮਿਲਿਆ ਉਹ ਸਾਨੂੰ ਹੁਣ ਇਸ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੀ ਸਰਕਾਰ ਤੋਂ ਪੂਰੀ ਉਮੀਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਤੇ ਦਿਨ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਰਿਸਰਚ ਸੈਂਟਰ ਦੇ ਮੁੱਖ ਹਾਲ ਵਿੱਚ ਅਖੰਡ ਕੀਰਤਨੀ ਜਥੇ ਦੇ ਸਰਪ੍ਰਸਤ ਭਾਈ ਰਣਧੀਰ ਸਿੰਘ ਜੀ ਦੀ ਤਸਵੀਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਸ਼ੋਭਿਤ ਕੀਤੀ ਗਈ। ਅਖੰਡ ਕੀਰਤਨੀ ਜਥੇ ਦੇ ਸੰਸਥਾਪਕ ਭਾਈ ਰਣਧੀਰ ਸਿੰਘ ਦੀ ਤਸਵੀਰ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਿਸਰਚ ਸੈਂਟਰ ਦੇ ਮੁੱਖ ਹਾਲ ਵਿਖੇ ਲਗਾਈ ਗਈ ਹੈ। ਭਾਈ ਰਣਧੀਰ ਸਿੰਘ ਜੀ ਦੀ ਤਸਵੀਰ ਦੀ ਘੁੰਡ ਚੁਕਾਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਵੱਲੋਂ ਕਰਦੇ ਹੋਏ ਭਾਈ ਸਾਹਿਬ ਦੇ ਉੱਚੇ ਸੁੱਚੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਸੰਗਤਾਂ ਨੂੰ ਬੇਨਤੀ ਕੀਤੀ ਗਈ। ਬ੍ਰਿਟਿਸ਼ ਰਾਜ ਵਿੱਚ ਸਰਕਾਰੀ ਨੌਕਰੀ ਛੱਡ ਕੇ ਪੰਥਕ ਕਾਰਜਾਂ ਨੂੰ ਸਮਰਪਿਤ ਹੋਏ ਭਾਈ ਰਣਧੀਰ ਸਿੰਘ ਨੂੰ ਸੱਚਾ ਕੀਰਤਨੀ ਐਲਾਨਦੇ ਹੋਏ ਜੀਕੇ ਨੇ ਉਹਨਾਂ ਦੇ ਸਾਥੀ ਭਾਈ ਮੇਹਰ ਸਿੰਘ ਅਤੇ ਭਾਈ ਬੇਅੰਤ ਸਿੰਘ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ। ਫੋਟੋ ਜਿਹੜੀ ਹੈ ਰਕਾਬਗੰਜ ਸਾਹਿਬ ਜਿਹੜਾ ਸਾਡਾ ਮੇਨ ਆਫਿਸ ਹੈ ਉਹਦੇ ਵਿੱਚ ਜਿੱਥੇ ਹੋਰ ਪੰਥਕ ਸ਼ਖਸੀਅਤਾਂ ਦੀਆਂ ਫੋਟੋਆਂ ਲੱਗੀਆਂ ਨੇ, ਐਸੇ ਹੀ ਸ਼ਖਸੀਅਤਾਂ ਦੀ ਫੋਟੋ ਲੱਗੀਆਂ ਜਿਨ੍ਹਾਂ ਨੇ ਕੌਮ ਲਈ ਕੁਛ ਕੀਤਾ। ਅੱਜ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਦੀ ਅਖੰਡ ਕੀਰਤਨੀ ਜਥੇ ਵਾਲਿਆਂ ਦੇ ਜਿਹੜੇ ਮੁਖੀ ਸਨ ਉਹਨਾਂ ਦੀ ਫੋਟੋ ਲਗਾਈ ਗਈ ਹੈ। ਮੈਂ ਸਮਝਦਾ ਕਿ ਬਹੁਤ ਪਹਿਲੇ ਲੱਗਣੀ ਚਾਹੀਦੀ ਸੀ ਅਗਰ ਰਕਾਬਗੰਜ ਸਾਹਿਬ ਦਾ ਜੋ ਅੱਜ ਸਰੂਪ ਹੈ ਇਹ ਭਾਈ ਰਣਧੀਰ ਸਿੰਘ ਹੋਰਾਂ ਦੇ ਉਸ ਵੇਲੇ ਕੌਮ ਨੂੰ ਜੋ ਅਗਵਾਈ ਭਾਈ ਰਣਧੀਰ ਸਿੰਘ ਹੋਰਾਂ ਨੇ ਦਿੱਤੀ ਉਹਦਾ ਨਤੀਜਾ, ਔਰ ਮੈਂ ਸਮਝਦਾ ਵਾਂ ਕਿ ਅੱਜ ਅਸੀਂ ਉਹਨਾਂ ਨੂੰ ਉਹਨਾਂ ਦੀ ਬਣਦੀ ਥਾਂ ਦਿੱਤੀ ਔਰ ਇਸ ਇਸ ਸਥਾਨ ਦੇ ਵਿੱਚ ਰਕਾਬਗੰਜ ਸਾਹਿਬ ਦੇ ਵਿੱਚ ਜਿਹੜੀ ਸੇਵਾ ਉਹਨੂੰ ਇੱਕ ਪਾਸੇ ਛੱਡਦੀ ਹੈ ਜੋ ਦੇਸ਼ ਕੌਮ ਔਰ ਪੰਥ ਦੀ ਸੇਵਾ ਉਹਨਾਂ ਜ਼ਮਾਨਿਆਂ 'ਚ ਕਰਕੇ ਗਏ ਨੇ ਜਦੋਂ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਸੀ, ਜਦੋਂ ਅੰਗਰੇਜ਼ਾਂ ਨਾਲ ਇੱਕ ਬਹੁਤ ਵੱਡੀ ਜੰਗ ਹੋ ਰਹੀ ਸੀ ਉਦੋਂ ਸਿੱਖੀ 'ਤੇ ਵੀ ਕਿਵੇਂ ਪਹਿਰਾ ਦੇਣਾ ਇਸ ਬਾਰੇ ਉਹਨਾਂ ਨੇ ਸੰਗਤਾਂ ਨੂੰ ਪ੍ਰੇਰਿਆ ਸੀ, ਔਰ ਫਿਰ ਆਪਣੇ ਪਿੰਡੇ 'ਤੇ ਸਾਰੇ ਉਹ ਮੈਂ ਸਮਝਦਾ ਤਸੀਹੇ ਸਹਿ ਕੇ ਉਹਨਾਂ ਨੇ ਦੇਸ਼ ਨੂੰ ਔਰ ਕੌਮ ਨੂੰ ਅਗਵਾਈ ਦਿੱਤੀ ਸੀ। ਦੇਖੋ ਇਹ ਜ਼ਰੂਰਤ ਸੀ ਐਸੀ ਮਹਾਨ ਸ਼ਖਸੀਅਤ ਆ ਜਿਨ੍ਹਾਂ ਦੇ ਕਰਕੇ ਸਿੱਖੀ ਦੀ ਆਨ ਨਿਸ਼ਾਨ ਵਧੀ ਹੋਵੇ, ਜਿਨ੍ਹਾਂ ਦੇ ਕਰਕੇ ਸਿੱਖ ਧਰਮ ਦਾ ਨਾਂ ਉੱਚਾ ਹੋਇਆ, ਔਰ ਐਸੀ ਮਹਾਨ ਸ਼ਖਸੀਅਤ ਆ ਜਿਨ੍ਹਾਂ ਨੇ ਉਸ ਟਾਈਮ ਆਜ਼ਾਦੀ ਦੇ ਵੇਲੇ ਹੀ ਆਪਣੇ ਆਪ ਨੂੰ ਕੁਰਬਾਨ ਕਰਕੇ ਔਰ ਸਾਰੀ ਪੀੜਾ ਆਪਣੀ ਦੇਹ 'ਤੇ ਲੈ ਕੇ ਵੀ ਆਪਣੀ ਸਿੱਖੀ ਦੀ ਰੱਖਿਆ ਕੀਤੀ ਹੋਵੇ, ਔਰ ਨਾਲ ਸਿੱਖ ਕੌਮ ਦੇ ਵਾਸਤੇ ਉਹ ਹਮੇਸ਼ਾ ਖੜ੍ਹੇ ਰਹੇ ਹਨ ਔਰ ਉਸ ਦੇ ਨਾਲ ਨਾਲ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਵੀ ਕੀਤਾ ਹੋਵੇ। ਐਸੀ ਮਹਾਨ ਸ਼ਖਸੀਅਤਾਂ ਦੀ ਮੈਂ ਸਮਝਦਾ ਕਿ ਜਿਹੜੀ ਫੋਟੋ ਲਾਈ ਗਈ ਹੈ ਉਹ ਬਹੁਤ ਪਹਿਲੇ ਲੱਗ ਜਾਣੀ ਚਾਹੀਦੀ ਸੀ, ਪਰ ਅੱਜ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਸਾਡੇ ਧਰਮ ਪ੍ਰਚਾਰ ਵਿੰਗ ਉਹਦੇ ਚੇਅਰਮੈਨ ਰਾਣਾ ਜੀ ਔਰ ਉਹਨਾਂ ਦੀ ਟੀਮ ਨੇ ਇੱਕ ਉਪਰਾਲਾ ਕੀਤਾ, ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸੀਂ ਪੂਰੇ ਅਹੁਦੇ ਦਾ ਪੂਰੇ ਮੈਂਬਰ ਸਾਹਿਬਾਨ ਇਸ ਗੱਲ ਦਾ ਹਮੇਸ਼ਾ ਨਾਲ ਹੁੰਦੇ ਹਾਂ ਕਿ ਜਿਸ ਦੇ ਨਾਲ ਸਾਡੇ ਸਿੱਖੀ ਦਾ ਔਰ ਆਪਣੇ ਧਰਮ ਦਾ ਨਾਂ ਉੱਚਾ ਸਕੇ ਅਸੀਂ ਉਹ ਹਰ ਕੰਮ ਜੋ ਹੈ ਹਰ ਉਪਰਾਲਾ ਕਰਾਂਗੇ। ਜਿਹੜੇ ਚੰਗੇ ਕੰਮ ਅਸੀਂ ਕਰ ਸਕਦੇ ਹਾਂ ਜਿਹਨਾਂ ਦੀ ਲੋੜ ਸਮਝਦੇ ਹਾਂ ਜਾਂ ਜਿਹੜੀ ਸੰਗਤ ਜਿਹੜੀ ਸਾਨੂੰ ਸੁਝਾਵ ਦਿੰਦੀ ਹੈ ਕਿ ਇਹ ਕੰਮ ਹੋਣਾ ਚਾਹੀਦਾ ਉਸ ਉੱਤੇ ਅਸੀਂ ਸਾਡਾ ਧਰਮ ਪ੍ਰਚਾਰ ਵਿੰਗ ਜਿਹੜਾ ਉਸ ਵਕਤ ਦੇਖਦਾ ਔਰ ਅਸੀਂ ਇਹੋ ਜਿਹੇ ਉਪਰਾਲੇ
ਕਰਨ ਦੇ ਪੂਰੀ ਤਰ੍ਹਾਂ ਨਾਲ ਕਾਮਯਾਬ ਹੋਇਆ। ਉਤਸ਼ਾਹ ਤੁਹਾਨੂੰ ਸਿੱਖ ਸੰਗਤ ਦੇ ਦੇਖਣ ਨੂੰ ਮਿਲਿਆ, ਜਿੱਦਾਂ ਕਿ ਅਸੀਂ ਦੇਖਿਆ ਕਿ ਭਾਈ ਰਣਦੀਪ ਸਿੰਘ ਜੀ ਦੇ ਜੱਥੇ ਵੱਲੋਂ ਜੋ ਕੁਝ ਮਾਨ ਸ਼ਖਸੀਅਤਾਂ ਆਈਆਂ ਸੀ, ਸਿਰਫ ਉਹਦੇ ਤੇ ਸਨਮਾਨਿਤ ਵੀ ਕੀਤਾ ਗਿਆ, ਕਿਸ ਤਰ੍ਹਾਂ ਉਤਸ਼ਾਹ ਤੁਹਾਨੂੰ ਦੇਖਣ ਨੂੰ ਮਿਲਿਆ? ਉਤਸ਼ਾਹ ਤਾਂ ਦੇਖੋ ਜੀ ਨਜ਼ਰ ਆ ਰਿਹਾ ਸੀ, ਔਰ ਉਹਨਾਂ ਨੂੰ ਇਸ ਗੱਲ ਨੂੰ ਉਹ ਮਹਿਸੂਸ ਕਰ ਰਹੇ ਸਨ ਕਿ ਕਿਤਨਾ ਸਮਾਂ ਪਹਿਲੇ ਜੋ ਹੈ ਉਹ ਕਿੰਨੇ ਕੁ ਸਮਾਂ ਹੋ ਗਿਆ ਉਹਨਾਂ ਦੀ ਜਦੋਂ ਜਦ ਜਿਹਨਾਂ ਜਿਸ ਸਮੇਂ ਉਹਨਾਂ ਨੇ ਭਾਈ ਰਣਦੀਪ ਸਿੰਘ ਜੀ ਨੇ ਜਦੋਂ ਯਾਦ ਕੀਤੀ ਸੀ ਔਰ ਭਾਈ ਰਣਦੀਪ ਸਿੰਘ ਜੀ ਨੇ ਸਿੱਖੀ ਦਾ ਨਾਂ ਉੱਚਾ ਕੀਤਾ ਸੀ, ਉਸ ਸਮੇਂ ਤੋਂ ਲੈ ਕੇ ਉਹਨਾਂ ਦੇ ਮਨ ਦੀਆਂ ਚਾਹ ਸੀ ਉਡੀਕਾਂ ਸਨ, ਪਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਜੋ ਸੇਵਾ ਅਸੀਂ ਸੰਭਾਲੀ ਹੁਣ ਅਸੀਂ ਇਸ ਗੱਲ ਨੂੰ ਪਰਸਪੈਕਟਿਵ ਵਿੱਚ ਅਸੀਂ ਦੇਖਿਆ ਔਰ ਅਸੀਂ ਮਹਿਸੂਸ ਕੀਤਾ ਕਿ ਹਾਂ ਇਹੋ ਜਿਹੀ ਮਹਾਨ ਸ਼ਖਸੀਅਤਾਂ ਦਾ ਜਦੋਂ ਅਸੀਂ ਇੱਥੇ ਫੋਟੋ ਲਾਵਾਂਗੇ ਤਾਂ ਉਹਦੇ ਨਾਲ ਪੰਥ ਦਾ ਨਾਂ ਉੱਚਾ ਆਏਗਾ ਔਰ ਆਉਣ ਵਾਲੀ ਪੀੜ੍ਹੀਆਂ ਨੂੰ ਸਮਝ ਵੀ ਆਏਗੀ ਵੀ ਕਿਸ ਤਰੀਕੇ ਦੇ ਨਾਲ ਹਰ ਪੱਖੋਂ ਭਾਈ ਸਾਹਿਬ ਜੀ ਨੇ ਜਿਹੜਾ ਹੈ ਇੱਕ ਆਪਣੇ ਧਰਮ ਦੇ ਖਾਤਰ ਜੋ ਕੰਮ ਕੀਤੇ, ਆਪਣੇ ਕੀਰਤਨ ਦੇ ਵਾਸਤੇ ਆਪਣੇ ਜੋ ਕੌਮ ਸੀ ਉਹਦੇ ਵਾਸਤੇ ਕੰਮ ਕੀਤੇ, ਨਵੀਂ ਪੀੜ੍ਹੀ ਨੂੰ ਪਤਾ ਚੱਲਣਾ ਚਾਹੀਦਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਧਰਮ ਪ੍ਰਚਾਰ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੀ ਜਿਹੜੀ ਤਸਵੀਰ ਅੱਜ ਇਸ ਕਾਂਗਰਸ 'ਚ ਲੱਗੀ ਆ, ਜਿਹਨੂੰ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਰਿਸਰਚ ਸੈਂਟਰ ਦੁਬਾਰਾ ਤੋਂ ਬਣਾਉਣ ਜਾ ਰਹੇ ਹਾਂ। ਅਸੀਂ ਇੱਕ ਵਚਨ ਕੀਤਾ ਸੀ ਰਚਨਾ ਤੋਂ ਪਹਿਲਾਂ ਕਿ ਉਹ ਸਿੰਘ ਜਿਨ੍ਹਾਂ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਦੀਵਾਰ ਨੂੰ ਬਚਾਉਣ ਵਾਸਤੇ, ਗੁਰਦੁਆਰਾ ਬਚਾਉਣ ਵਾਸਤੇ ਇੱਥੇ ਮੋਰਚੇ ਲਾਏ ਅਤੇ ਸ਼ਹੀਦੀਆਂ ਦਿੱਤੀਆਂ ਨੇ, ਉਹਨਾਂ ਦੀ ਯਾਦਗਾਰ ਜ਼ਰੂਰ ਇੱਥੇ ਸਥਾਪਿਤ ਕੀਤੀ ਜਾਏਗੀ। ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਅਤੇ ਮਨਜਿੰਦਰ ਸਿੰਘ ਸਿਰਸਾ ਅਤੇ ਉਹਨਾਂ ਦੀ ਪੂਰੀ ਟੀਮ ਨੇ ਇਹ ਮਤਾ ਪਾਸ ਕੀਤਾ ਸੀ ਅਤੇ ਅੱਜ ਉਹਨੂੰ ਅਸਲੀ ਜਾਮਾ ਮਿਲਿਆ ਹੈ। ਅੱਜ ਭਾਈ ਸਾਹਿਬ ਦੀ ਤਸਵੀਰ ਇੱਥੇ ਮੇਨ ਹਾਲ 'ਚ ਲੱਗ ਗਈ ਹੈ ਔਰ ਆਸ ਕਰਦੇ ਹਾਂ ਕਿ ਜੋ ਜੋ ਕੰਮ ਗੁਰੂ ਸਾਹਿਬ ਨੇ ਇਸ ਕਮੇਟੀ ਤੋਂ ਲੈਣੇ ਹੈ ਉਹ ਮੈਨੂੰ ਲੱਗਦਾ ਗੁਰੂ ਸਾਹਿਬ ਆਪ ਲੈ ਰਹੇ ਨੇ। ਇਹੋ ਜਿਹੇ ਮਹਾਂਪੁਰਖਾਂ ਦੀਆਂ, ਇਹੋ ਜਿਹੇ ਮਹਾਂਪੁਰਸ਼ਾਂ ਦੀਆਂ ਇੱਥੇ ਜਿਹੜੀਆਂ ਤਸਵੀਰ ਲੱਗੀ ਹੈ ਇਹ ਇੱਕ ਯਾਦ ਦਿਵਾਉਂਦੀ ਹੈ ਕਿ ਇਸ ਗੁਰਦੁਆਰਾ ਸਾਹਿਬ ਵਾਸਤੇ ਭਾਈ ਸਾਹਿਬ ਦੀ ਕਿੰਨੀ ਵੱਡੀ ਕੁਰਬਾਨੀ ਸੀ। ਨਾਮ ਬਾਣੀ ਸਿਮਰਨ ਬਾਣਾ ਜੱਥੇ ਕੋਲ ਹੈ ਔਰ ਜੱਥੇ ਨੇ ਇਹਨੂੰ ਹਮੇਸ਼ਾ ਸਿਆਸਤ ਤੋਂ ਦੂਰ ਰੱਖਿਆ ਹੈ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਭਾਈ ਰਣਜੀਤ ਸਿੰਘ ਦੇ ਜਿਹੜੇ ਨਾਲ ਚੱਲਣ ਵਾਲੇ ਜਾਂ ਜਿਹੜੇ ਉਹਨਾਂ ਦੇ ਫੋਲੋਵਰਸ ਨੇ ਉਹ ਪੰਥ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹਿਣਗੇ। ਅਸੀਂ ਧੰਨਵਾਦੀ ਹਾਂ ਕਿ ਅੱਜ ਪੂਰਾ ਜੱਥਾ ਇੱਥੇ ਆਇਆ ਹੈ ਔਰ ਸਰਦਾਰ ਮਨਜੀਤ ਸਿੰਘ ਜੀ ਕੇ ਸਿਰਸਾ ਸਾਹਿਬ ਨੂੰ ਮਿਲ ਕੇ ਜਿਹੜੀ ਇਹ ਫੋਟੋ ਸਥਾਪਿਤ ਹੋਈ ਹੈ ਇਹ ਇੱਕ ਬਹੁਤ ਵੱਡੀ ਯਾਦਗਾਰ ਹੈ। ਆਉਣ ਵਾਲੇ ਕਈ ਸਾਲਾਂ ਤੱਕ ਸਾਡੀਆਂ ਪਨੀਰੀ ਨੂੰ ਪਤਾ ਲੱਗੇਗਾ ਕਿ ਭਾਈ ਸਾਹਿਬ ਦੀ ਕੀ ਦੇਣ ਸੀ ਸਿੱਖ ਪੰਥ 'ਚ। ਇੱਕ ਵਾਰ ਫਿਰ ਸਾਰਿਆਂ ਨੂੰ ਵਧਾਈ ਹੈ ਔਰ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਅਸੀਂ ਵੇਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਕਾ ਨੀਲਾ ਤਾਰਾ ਦੀ ਯਾਦ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਸਮਾਗਮ ਕਰਵਾਇਆ ਗਿਆ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਪ੍ਰੋਗਰਾਮ ਗੁੰਜਿਆ, ਸਿੱਖ ਵਿਰਸੇ ਦਾ ਲੈ ਕੇ ਫਿਰ ਆਪ ਜੀ ਦੀ ਸੇਵਾ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।